ਸਰਕਾਰੀ ਹੌਸਪੀਟਲ ਜਿਹੜਾ ਸੰਗਰੂਰ ਦਾ, ਉੱਥੇ ਇੱਕ ਵਿਸ਼ਵਾਸ ਨਾਮ ਦਾ ਇੱਕ ਸੰਸਥਾ ਜਿਹੜੀ ਹੈ ਉਹ ਚੱਲ ਰਹੀ ਹੈ, ਜਿਹਦੇ ਵਿੱਚ ਜਿਹੜੇ ਬੱਚੇ ਦਿਮਾਗੀ ਤੌਰ 'ਤੇ ਥੋੜ੍ਹੇ ਪਛੜੇ ਹੋਏ ਨੇ, ਪਰਮਾਤਮਾ ਨੇ ਕੋਈ ਕਮੀ ਰੱਖੀ ਹੈ, ਉਹਨਾਂ ਨੂੰ ਸੇਵਾ ਸੰਭਾਲ ਅਤੇ ਉਹਨਾਂ ਨੂੰ ਪੜ੍ਹਾਈ, ਉਹਨਾਂ ਨੂੰ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਕਿ ਉਹਨਾਂ ਨੂੰ ਸਿਖਾਇਆ ਜਾ ਸਕੇ, ਉਸ ਸਿਲਸਿਲੇ 'ਚ ਮੇਰੇ ਕੋਲ ਸਟਾਫ ਆਇਆ ਸੀ ਅਤੇ ਮੈਂ ਇੱਥੇ ਆਇਆ ਅਤੇ ਇਹਨਾਂ ਨੇ ਦੀਵਾਲੀ ਦੇ ਦੀਵੇ ਵਗੈਰਾ ਔਰ ਦੀਵਾਲੀ ਦੇ ਹੋਰ ਗਿਫਟ ਜਿਹੜੇ ਨੇ ਉਹ ਬਣਾਏ ਹੋਏ ਨੇ ਆਪਣੇ ਹੱਥੀਂ ਉਹਨਾਂ ਬੱਚਿਆਂ ਨੇ, ਅਤੇ ਮੈਂ ਇਹਨਾਂ ਦੇ ਦੀਵੇ ਅਤੇ ਗਿਫਟ ਮੈਂ 3,000 ਰੁਪਏ ਦੇ ਵਿੱਚ ਮੈਂ ਖਰੀਦੇ, ਅਤੇ ਮੇਰੇ ਸਾਥੀ ਨੇ ਜਸਵੀਰ ਕੁਦਨੀ ਜੀ ਜਿਹੜੇ ਕਿ ਲਹਿਰਾ ਗਾਗਾ ਤੋਂ ਇਲੈਕਸ਼ਨ ਲੜੇ ਸੀ, ਉਹਨਾਂ ਨੇ ਵੀ ਅੱਜ 5,000 ਰੁਪਏ ਦੇ ਜਿਹੜੇ ਦੀਵੇ ਨੇ ਉਹ ਖਰੀਦੇ ਨੇ, ਔਰ ਮੈਂ ਤੁਹਾਡੇ ਜ਼ਰੀਏ ਇਹ ਦੱਸਣਾ ਚਾਹੂੰਗਾ ਕਿ ਜਿਹੜੇ ਗਰੀਬ ਜਾਂ ਜਿਹੜੇ ਇਹੋ ਜਿਹੇ ਬੱਚੇ ਜਿਹੜੇ ਆਪਣੀ ਮਿਹਨਤ ਨਾਲ ਕੋਈ ਚੀਜ਼ ਬਣਾਉਂਦੇ ਨੇ, ਜੇ ਆਪਾਂ ਉਹਨਾਂ ਤੋਂ ਸਮਾਨ ਖਰੀਦੀਏ ਤਾਂ ਉਹਨਾਂ ਦੀ ਸੰਸਥਾ ਨੂੰ ਜਿਹੜਾ ਉਹ ਦਾਨ ਵੀ ਹੈ, ਅਤੇ ਨਾਲ ਦੀਵਾਲੀ ਵੀ ਜਿਹੜੀ ਹੈ ਉਹ ਤੁਹਾਨੂੰ ਇਹ ਲੱਗਦਾ ਕਿ ਹਾਂ ਅਸੀਂ ਕਿਸੇ ਦੇ ਮੂੰਹ 'ਚ ਬੁਰਕੀ ਪਾ ਕੇ ਅਸੀਂ ਦੀਵਾਲੀ ਮਨਾ ਰਹੇ ਹਾਂ, ਨਹੀਂ ਤਾਂ ਦੀਵਾਲੀ ਇੰਨੀ ਮਹਿੰਗੀ ਹੋ ਗਈ, ਲੱਖਾਂ ਲੱਖ 2-2 ਲੱਖ ਦੇ ਪਟਾਕੇ ਫੁੱਕਣ ਲੱਗ ਗਏ ਲੋਕ, ਬਜਾਏ ਇਸ ਦੇ ਕਿ ਪਟਾਕੇ ਘਟਾ ਕੇ ਜੇ ਕਿਸੇ ਗਰੀਬ ਦੇ ਮੂੰਹ 'ਚ ਕੋਈ ਰੋਟੀ ਪੈਂਦੀ ਹੈ ਉਹ ਤੋਂ ਵਧੀਆ ਦੀਵਾਲੀ ਨਹੀਂ ਹੋ ਸਕਦੀ। ਹਾਲਾਂਕਿ ਆਹ ਦੀਵਾਲੀ ਤਾਂ ਜਿਹੜੀ ਪੰਜਾਬ ਲਈ ਬਹੁਤ ਦੁਖਦਾਇਕ ਦੀਵਾਲੀ ਹੈ, ਕਿਉਂਕਿ ਅੰਮ੍ਰਿਤਸਰ ਸਾਹਿਬ ਦੇ ਵਿੱਚ ਜੋ ਘਟਨਾ ਹੋਈ ਹੈ ਟ੍ਰੇਨ ਵਾਲੀ, ਸੋ ਅਸੀਂ ਤਾਂ ਇਹ ਪਾਰਟੀ ਵੱਲੋਂ ਵੀ ਫੈਸਲਾ ਕੀਤਾ ਹੈ ਕਿ ਸਿਰਫ ਦੀਵੇ ਲਾਉਣੇ ਨੇ ਉਹਨਾਂ ਦੀ ਯਾਦ 'ਚ, ਔਰ ਪਟਾਕਾ ਕੋਈ ਨਹੀਂ ਸੀ ਚਲਾਉਣਾ।